ਜੀ, ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਖੁਸ਼ੀਪੁਰ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ, ਜਿੱਥੇ ਕਿ ਸ਼ਿਵ ਮੰਦਰ, ਇਤਿਹਾਸਿਕ ਸ਼ਿਵ ਮੰਦਰ ਹੈ, ਜਿੱਥੇ ਅੱਜ ਸ਼ਿਵਰਾਤਰੀ ਦੇ ਮੌਕੇ 'ਤੇ ਸ਼ਰਧਾਲੂਆਂ ਦੇ ਵੱਲੋਂ ਲੱਗੀਆਂ ਨੇ ਲੰਮੀਆਂ ਲਾਈਨਾਂ ਦੇ ਵਿੱਚ ਸ਼ਰਧਾਲੂ ਹੋ ਰਹੇ ਨੇ ਸ਼ਿਵ ਮੰਦਰ ਦੇ ਵਿੱਚ ਨਮਸਤਕ। ਸੋ ਸ਼ਿਵ ਭਗਤਾਂ ਦੇ ਵੱਲੋਂ ਰਸਤੇ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ। ਸੋ ਇਸ ਮੌਕੇ ਵੱਖ ਵੱਖ ਲੀਡਰ ਆਗੂ ਸਾਹਿਬਾਨ ਵੀ ਮੰਦਰ ਦੇ ਵਿੱਚ ਹੋ ਰਹੇ ਨੇ ਨਮਸਤਕ, ਅਤੇ ਹੋਰ ਵੀ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੀ ਇਸ ਮੰਦਰ ਦੇ ਵਿੱਚ ਪਹੁੰਚ ਰਹੀਆਂ ਹਨ। ਸੋ ਪਹਿਲਾਂ ਦੇ ਨਾਲੋਂ ਇਸ ਵਾਰ ਬਹੁਤ ਹੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਸ਼ਿਵਰਾਤਰੀ ਨੂੰ ਲੈ ਕੇ। ਸੋ ਇਸ ਵਾਰ ਸ਼ਿਵਰਾਤਰੀ ਦੇ ਮੌਕੇ 'ਤੇ ਬਹੁਤ ਪਹਿਲਾਂ ਤੋਂ ਹੀ ਤਿਆਰੀਆਂ ਕਰ ਲਈਆਂ ਗਈਆਂ। ਸੋ ਪਹਿਲਾਂ ਦੇ ਨਾਲੋਂ ਦੇਖੀਏ ਕਿ ਐਰਕਾਂ ਸ਼ਿਵਰਾਤਰੀ ਜੋ ਕਿ ਬਹੁਤ ਹੀ ਵੱਡੀ ਹੈ, ਸੋ ਕੀ ਕਹਿਣਾ ਹੈ ਸ਼ਰਧਾਲੂਆਂ ਦਾ ਔਰ ਆਗੂਆਂ ਦਾ, ਸੋ ਸਾਰੇ ਗੱਲਬਾਤ ਤੁਹਾਨੂੰ ਵਿਖਾਉਂਦੇ ਹਾਂ। ਮਹਾਸ਼ਿਵਰਾਤਰੀ ਦੇ ਪਰਬ ਤੇ ਹਜ਼ਾਰਾਂ ਤੋਂ ਉੱਪਰ ਸ਼ਿਵ ਭਗਤ ਪਹੁੰਚੇ ਸ਼ਿਵ ਮੰਦਿਰ ਕਲਾਨੌਰ। ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸ਼ਿਵ ਮੰਦਿਰ ਦੇ ਵਿੱਚ ਮਹਾਸ਼ਿਵਰਾਤਰੀ ਦਾ ਭਾਰੀ ਮੇਲਾ ਭਰਿਆ ਜਾਂਦਾ ਹੈ, ਜਿਸ ਦੇ ਵਿੱਚ ਹਜ਼ਾਰਾਂ ਸ਼ਰਧਾਲੂ ਅਲੱਗ ਅਲੱਗ ਰਾਜਾਂ ਤੋਂ ਇੱਥੇ ਮੱਥਾ ਟੇਕਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਹਨ। ਇਸ ਮੰਦਿਰ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ। ਇੱਥੇ ਸ਼ਿਵ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਕਰੀਬ ਇੱਕ ਹਫ਼ਤਾ ਪਹਿਲਾਂ ਮਹਾਸ਼ਿਵਰਾਤਰੀ ਦੀ ਤਿਆਰੀ ਕਰਨ ਲੱਗ ਜਾਂਦੇ ਹਨ, ਅਤੇ ਕਰੀਬ 1000 ਸੇਵਕ ਮਹਾਸ਼ਿਵਰਾਤਰੀ ਦਾ ਮੇਲਾ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਨ। ਮੰਦਿਰ ਦੇ ਪ੍ਰਬੰਧਕ ਦਾ ਕਹਿਣਾ ਸੀ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਸਾਡੀ ਕਮੇਟੀ ਵੱਲੋਂ ਮਹਾਸ਼ਿਵਰਾਤਰੀ ਤੋਂ ਕਈ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ, ਅਤੇ ਸੈਂਕੜੇ ਲੰਗਰ ਸ਼ਿਵ ਭਗਤਾਂ ਵੱਲੋਂ ਲਗਾਏ ਜਾਂਦੇ ਹਨ। ਮੰਦਿਰ ਦੀ ਕਮੇਟੀ ਵੱਲੋਂ ਪੂਰੇ ਪੁਖਤਾ ਪ੍ਰਬੰਧ ਆਉਣ ਵਾਲੇ ਸੇਵਕਾਂ ਅਤੇ ਸ਼ਰਧਾਲੂਆਂ ਲਈ ਕੀਤੇ ਹੁੰਦੇ ਹਨ। ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ, ਹਜ਼ਾਰਾਂ ਲੋਕ ਅੱਜ ਗੁਰਦਾਸਪੁਰ ਤੁਹਾਡੇ ਸੱਦੇ ਤੇ ਪਹੁੰਚੇ, ਕੀ ਕਹਿਣਾ ਚਾਹੋਗੇ? ਜੈ ਸ਼ੰਕਰ ਜੀ ਕੀ, ਜੈ ਭੋਲੇ ਨਾਥ। ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਸਾਰੇ ਹਿੰਦੂ ਸੰਗਠਨਾਂ ਦੇ ਨਾਲ, ਧਾਰਮਿਕ ਸੰਗਠਨਾਂ ਦੇ ਨਾਲ, ਰਾਜਨੀਤਿਕ ਸੰਗਠਨਾਂ ਦੇ ਨਾਲ ਮਿਲ ਕੇ ਜੋ ਆਯੋਜਨ ਕੀਤਾ ਗਿਆ, ਇਹ ਭਵਿਅਤਾ ਦੀ ਚਰਮ ਸੀਮਾ ਤੱਕ ਪਹੁੰਚ ਗਿਆ। ਬਹੁਤ ਹੀ ਭਵਿਅ ਹੋ ਗਈ ਹੈ, ਬੜੀ ਦੁਨੀਆ ਜਿਹੜੀ ਹੈ ਇਸ ਟਾਈਮ ਵੇਟ ਕਰ ਰਹੀ ਹੈ। ਰਸਿਆਂ ਦੇ ਵਿੱਚ ਵੀ ਜਗ੍ਹਾ ਜਗ੍ਹਾ 'ਤੇ ਲੰਗਰ ਲੱਗੇ ਹੋਏ ਨੇ। LED ਪੈਨਲ ਲਗਾ ਕੇ ਅਸੀਂ ਲਾਈਵ ਟੈਲੀਕਾਸਟ ਦਾ ਜੋ ਆਯੋਜਨ ਕੀਤਾ ਹੈ, ਉਹਦੇ ਨਾਲ ਜਿਹੜੇ ਲੋਕ ਬਜ਼ੁਰਗ ਜਿਹੜੇ ਹੈ ਉਹ ਸ਼ੋਭਾ ਯਾਤਰਾ 'ਚ ਨਹੀਂ ਆ ਸਕਦੇ, ਉਹ ਵੀ ਆਪਣੇ ਘਰ ਬੈਠ ਕੇ ਦੇਖ ਸਕਦੇ ਨੇ। ਇਸ ਲਈ ਇਹ ਜਿਹੜਾ ਸਾਡਾ ਉਪਰਾਲਾ ਬੜਾ ਸਹੀ ਰਿਹਾ ਔਰ ਬੜਾ ਸਹਿਯੋਗ ਮਿਲਿਆ। ਧੰਨਵਾਦ। ਠੀਕ ਹੈ ਜੀ, ਕੀ ਕਹਿਣਾ ਚਾਹੋਗੇ? ਅੱਜ ਗੁਰਦਾਸਪੁਰ ਸ਼ਹਿਰ ਵਿੱਚ ਜੋ ਭਗਵਾਨ ਸ਼ਿਵਜੀ ਮਹਾਰਾਜ ਦੀ ਯਾਦ ਵਿੱਚ ਸ਼ੋਭਾ ਯਾਤਰਾ ਕੱਢ ਰਹੀ ਹੈ, ਇਹ ਮੌਕੇ 'ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ। ਇਹ ਸ਼ੁੱਭ ਦਿਹਾੜੇ 'ਤੇ ਜੋ ਕੱਲ੍ਹ ਸ਼ਿਵਰਾਤਰੀ ਦਾ ਦਿਹਾੜਾ ਸਾਰੇ ਪੰਜਾਬ ਵਿੱਚ ਦੇਸ਼ ਵਿੱਚ ਮਨਾਇਆ ਜਾ ਰਿਹਾ, ਮੈਂ ਉਸ ਸ਼ੁੱਭ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੰਦਾ ਅਤੇ ਸ਼ਿਵਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਰੇ ਪੰਜਾਬ ਵਿੱਚ, ਸਾਰੇ ਸ਼ਹਿਰ ਵਿੱਚ ਆਪਸੀ ਭਾਈਚਾਰਾ ਕਾਇਮ ਰਹੇ, ਅਮਨ ਸ਼ਾਂਤੀ ਰਹੇ, ਤਾਂ ਜੋ ਸਾਡਾ ਪੰਜਾਬ ਤਰੱਕੀ ਕਰ ਸਕੇ। ਮੈਂ ਇਸ ਮੌਕੇ 'ਤੇ ਜੋ ਕਮੇਟੀ ਆ ਜਿਹਨੇ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਕਿ ਬੜਾ ਵਧੀਆ ਉਹਨਾਂ ਨੇ ਪ੍ਰਬੰਧ ਕੀਤਾ ਅਤੇ ਬੜਾ ਚੰਗੇ ਢੰਗ ਦੇ ਨਾਲ ਇਹ ਸ਼ੋਭਾ ਯਾਤਰਾ ਜਿਹੜੀ ਹੈ ਚਲਾਈ ਜਾ ਰਹੀ ਹੈ। ਕੀ ਕਹਿਣਾ ਚਾਹੁੰਦੇ? ਅੱਜ ਸਭ ਤੋਂ ਪਹਿਲਾਂ ਤਾਂ ਮੈਂ ਬੜਾ ਕਿਸਮਤ ਵਾਲਾ ਕਿ ਮੈਨੂੰ ਅੱਜ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ 'ਤੇ ਸ਼ਿਵ ਮੰਦਿਰ ਕਲਾਨੌਰ ਵਿਖੇ ਪਹੁੰਚਣ ਦਾ ਮੌਕਾ ਮਿਲਿਆ ਔਰ ਇੱਥੇ ਨਤਮਸਤਕ ਹੋਏ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ। ਕੱਲ੍ਹ ਰਾਤ ਤੋਂ ਹੀ ਇੱਥੇ ਸੰਗਤਾਂ ਦੇ ਚਰਨ ਜਿਹੜੇ ਆ ਉਹ ਪੈ ਰਹੇ ਆ
ਔਰ ਜਿੱਥੇ ਮੈਂ ਸਮੁੱਚੇ ਹੀ ਗੁਰਦਾਸਪੁਰ ਨੂੰ, ਪੰਜਾਬ ਨੂੰ ਔਰ ਵਿਸ਼ਵ ਨੂੰ ਇਹ ਵਧਾਈ ਦਿੰਦਾ ਅੱਜ ਦੇ ਸ਼ੁਭ ਦਿਹਾੜੇ 'ਤੇ। ਪਰ ਉਹਦੇ ਨਾਲ ਨਾਲ ਹੀ ਦਿਓਲ ਹੋਸਪਿਟਲ ਦੇ ਨਾਲ ਸਹਿਯੋਗ ਦੇ ਨਾਲ ਪ੍ਰੈਸ ਕਲੱਬ ਕਲਾਨੌਰ ਵੱਲੋਂ ਜੋ ਖੂਨਦਾਨ ਕੈਂਪ ਚਲਾਇਆ ਜਾ ਰਿਹਾ, ਅੱਜ ਉੱਥੇ ਵੀ ਮੈਂ ਪਹੁੰਚਣ ਦਾ ਮੌਕਾ ਮਿਲਿਆ ਔਰ ਬੜੀ ਇਹ ਮੈਡੀਕਲ ਕੈਂਪ ਜਿਹੜਾ ਚਲਾਇਆ ਜਾ ਰਿਹਾ ਉਹ ਬੜੀ ਖੁਸ਼ੀ ਦੀ ਗੱਲ ਹੈ। ਔਰ ਕਿਉਂਕਿ ਜਿੱਥੇ ਸਾਰੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਨਾਲ, ਇੱਥੇ ਨਾਲ ਦੇ ਹਾਲ ਦੇ ਵਿੱਚ ਉੱਥੇ ਮੈਡੀਕਲ ਆਪਣੇ ਬਲੱਡ ਕੈਂਪ ਵੀ ਲੱਗਾ ਹੋਇਆ ਔਰ ਇੱਥੇ ਮੈਡੀਕਲ ਕੈਂਪ ਲੱਗਿਆ ਹੋਇਆ, ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਹੋਸਪਿਟਲ ਵਾਲੇ ਅੱਗੇ ਆਉਂਦੇ ਆ ਔਰ ਨਾਲ ਸਮਾਜਿਕ ਲੋਕ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਆ ਉਹ ਵੀ ਨਾਲ ਕਲੱਬ ਹੋ ਕੇ ਅਤੇ ਅੱਜ ਇੱਥੇ ਸੇਵਾ ਕਰ ਰਹੇ ਆ। ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਔਰ ਇਹਨਾਂ ਦਾ ਖਾਸ ਤੌਰ 'ਤੇ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਇੱਥੇ ਆਉਣ 'ਤੇ ਸਨਮਾਨਿਤ ਕੀਤਾ ਔਰ ਦਿਲ ਦੀਆਂ ਗਰਾਈਆਂ ਤੋਂ ਮੈਂ ਅਰਦਾਸ ਕਰਦਾ ਪ੍ਰਭੂ ਦੇ ਚਰਨਾਂ ਦੇ ਵਿੱਚ ਕਿ ਪਰਮਾਤਮਾ ਸਾਰਿਆਂ ਨੂੰ ਸਮਰਥ ਬਖਸ਼ੇ, ਤਾਕਤ ਬਖਸ਼ੇ, ਸਾਡੇ 'ਚ ਭਾਈਚਾਰਕ ਸਾਂਝ ਜਿਹੜੀ ਆ ਉਹ ਵੱਧਦੀ ਰਹੇ ਔਰ ਇਸੇ ਤਰ੍ਹਾਂ ਹੀ ਧਾਰਮਿਕ ਪਰਬ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੈਂ ਸਮਝਦਾ ਕਿ ਇਨਸਾਨ ਦੇ ਰੂਪ ਦੇ ਵਿੱਚ, ਸੰਗਤ ਦੇ ਰੂਪ ਦੇ ਵਿੱਚ ਅਸੀਂ ਸਾਰੇ ਪਰਬ ਜਿਹੜੇ ਮਨਾਉਂਦੇ ਰਹੀਏ। ਸੋ ਇੱਕ ਵਾਰ ਫਿਰ ਮੈਂ ਅੱਜ ਦੇ ਸ਼ੁਭ ਦਿਹਾੜੇ 'ਤੇ ਸ਼ਿਵਰਾਤਰੀ ਦੇ ਸਮੁੱਚੀਆਂ ਸੰਗਤਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਮਾਰ ਹਾਈਕਮਾਂਡ ਤੁਹਾਨੂੰ ਚਿਹਰਾ ਬਣਾ ਰਹੀ ਹੈ, ਜਗ੍ਹਾ 'ਤੇ ਖੜ੍ਹੇ ਹਾਂ। ਇੱਥੇ ਮੈਂ ਕੋਈ ਵੀ ਰਾਜਨੀਤਿਕ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਤੁਸੀਂ ਪੁੱਛਿਆ ਆ, ਪਰ ਜਿਸ ਜਗ੍ਹਾ 'ਤੇ ਖੜ੍ਹੇ ਹਾਂ ਹਮੇਸ਼ਾ ਸਾਡੇ ਪਰਿਵਾਰ 'ਤੇ ਕਿਰਪਾ ਰਹੀ ਆ। ਜਿਸ ਤਰ੍ਹਾਂ ਦੀ ਕੋਈ ਕਿਰਪਾ ਹੋਈ ਉਹ ਇੱਥੇ ਹੀ ਇਹ ਸੰਗਤਾਂ ਦੇ ਚਰਨਾਂ 'ਚੋਂ ਮਿਲਦੀ ਆ ਅਤੇ ਉੱਥੋਂ ਹੀ ਮਿਲਦੀ ਆਈ ਆ। ਸੋ ਇਹਦੇ 'ਤੇ ਮੈਂ ਕੋਈ ਪੋਲੀਟੀਕਲ ਟਿੱਪਣੀ ਨਹੀਂ ਕਰਦਾ।